ਟਰਾਈ ਓਨੀਅਨ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਦਾ ਸਾਡਾ ਟੌਪਿਕ ਹਾੜੀ ਦੇ ਪਿਆਜ਼ ਦੀ ਪਨੀਰੀ ਤੇ ਹੈ ਜੀ ਇਹ ਸਾਡੀ ਪਨੀਰੀ 8 ਨਵੰਬਰ ਦੀ ਲੱਗੀ ਹੋਈ ਆ ਹਾੜੀ ਦੇ ਪਿਆਜ਼ ਦੀ ਪਨੀਰੀ ਮੌਸਮ ਦਾ ਬਹੁਤ ਪ੍ਰਭਾਵ ਮੰਦੀ ਆ ਇਹਦੀ ਬਜਾਈ ਵੇਲੇ ਮੌਸਮ ਤੁਹਾਡਾ ਰਾਤ ਦਾ ਟੈਂਪਰੇਚਰ 15 ਤੋਂ 18 ਡਿਗਰੀ ਸੈਲਸੀਅਸ ਦਿਨ ਦਾ ਤਾਪਮਾਨ 25 ਤੋਂ 32 ਡਿਗਰੀ ਸੈਲਸੀਅਸ ਹੋਣਾ ਚਾਹੀਦਾ ਇਹ ਸਾਡੇ 플ੌਟ ਦੇ ਵਿੱਚ ਕੁਝ ਸੀਡ ਹਾਈਬ੍ਰਿਡ ਨੇ ਕੁਝ ਕਾਲਾ ਪਿਆਜ਼ ਔਰ ਬਾਕੀ ਸਾਡੇ ਫਾਰਮ ਦਾ ਪ੍ਰੋਡਿਊਸ ਕੀਤਾ ਹੋਇਆ ਸੀਡ ਹੈ ਜੀ ਇਹ ਸਾਡੀ ਪਨੀਰੀ ਬਿਜਾਈ ਤੋਂ 50 55 60 ਦਿਨ ਦੇ ਅੰਦਰ ਅੰਦਰ ਬਿਜਾਈ ਲਈ ਤਿਆਰ ਹੋ ਜਾਵੇਗੀ ਟਰਾਂਸਪਲੈਂਟ ਲਈ ਇਹ ਪਨੀਰੀ ਬੀਜਣ ਦੇ ਵਿੱਚ ਪ੍ਰਤੀ ਕਨਾਲ ਅਸੀਂ ਇੱਕ ਟਰਾਲੀ ਗਲੀ ਸੜੀ ਰੂੜੀ ਖਾਦ ਦੀ ਉਸ ਤੋਂ ਬਾਅਦ 5 ਕਿਲੋ ਡੀਏਪੀ ਪ੍ਰਤੀ ਕਨਾਲ ਔਰ ਅੱਧਾ ਕਿਲੋ ਟ੍ਰਾਈਕੋਡਰਮਾ ਫੰਗੀਸਾਈਡ ਇਹ ਜ਼ਮੀਨ ਦੀ ਤਿਆਰੀ ਵੇਲੇ ਹੀ ਆਪਾਂ ਜ਼ਮੀਨ ਦੇ ਵਿੱਚ ਰਲਾ ਦਿੰਦੇ ਸੀ। ਔਰ ਇਹ ਸਾਡੇ ਬੈੱਡ ਜਿਹੜੇ ਆ 3 ਫੁੱਟ ਚੌੜਾਈ ਔਰ 22 ਫੁੱਟ ਤੇ ਇਹਦੀ ਮਾਰਕਿੰਗ ਕੀਤੀ ਹੋਈ ਆ ਕਿ ਬਾਧੂ ਪਾਣੀ ਅਗਰ ਕੋਈ ਵੱਧ ਘਟ ਬਰਸਾਤ ਪੈ ਜਾਂਦੀ ਆ ਉਹ ਨਿਕਲ ਸਕੇ। ਸਿੰਪਲਿੰਕਰ ਦੇ ਨਾਲ ਇਹਦੀ ਸਿੰਚਾਈ ਹੁੰਦੀ ਆ ਜੀ। ਔਰ ਅਸੀਂ ਜਿੰਨੀ ਵੀ ਪਿਆਜ਼ ਦੀ ਪਨੀਰੀ ਬੀਜਦੇ ਹਾਂ ਸਾਰੀ ਸਾਡੀ तकरीबन 90% ਪਨੀਰੀ ਬੁਕਿੰਗ ਤੇ ਹੀ ਹੁੰਦੀ ਹੈ ਔਰ ਸਾਡੇ ਕੋਲ ਇਸ ਟਾਈਮ ਬਾਕੀ ਪਨੀਰੀ ਦੀ ਬੁਕਿੰਗ ਹੋ ਚੁੱਕੀ ਔਰ ਕੋਈ ਇੱਕ ਅੱਧਾ ਏਕੜ ਦੀ ਪਨੀਰੀ ਦੀ ਬੁਕਿੰਗ ਰਹਿੰਦੀ ਹੈ ਜੋ ਜਲਦੀ ਹੀ ਕੰਪਲੀਟ ਹੋ ਜਾਵੇਗੀ ਅਸੀਂ ਆਪਣੇ ਫਾਰਮ ਦੇ ਵਿੱਚ ਸਿਰਫ ਸਰਟੀਫਾਈਡ ਵਧੀਆ ਸੀਡ ਹੀ ਯੂਜ਼ ਕਰਦੇ ਆ ਕੋਈ ਆਮ ਸੀਡ ਜਾਂ ਵੈਸੇ ਕਿਸੇ ਦੀ ਸਿਫਾਰਸ਼ ਕੀਤੀ ਹੋਈ ਸੀਡ ਨੂੰ ਬਿਨਾ ਜਾਂਚੇ ਪਰਖੇ ਆਪ ਲਗਾਉਣ ਤੋਂ ਬਿਨਾ ਅਸੀਂ ਲਗਾ ਕੇ ਕਸਟਮਰ ਨੂੰ ਸੇਲ ਨਹੀਂ ਕਰਦੇ ਕਿਉਂਕਿ ਪਿਆਜ਼ ਦੇ ਵਿੱਚ ਸੀਡ ਜਿਹੜਾ ਉਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰੋਲ ਅਦਾ ਕਰਦਾ ਹੈ ਜੇਕਰ ਤੁਹਾਡਾ ਸੀਡ ਹੀ ਨਹੀਂ ਸਹੀ ਹੋਵੇਗਾ ਤਾਂ ਤੁਹਾਡੀ ਫਸਲ ਨਹੀਂ ਸਹੀ ਹੋਵੇਗੀ ਹਾੜੀ ਦੇ ਪਿਆਜ਼ ਦੇ ਵਿੱਚ ਪਾਣੀ ਜਿਹੜਾ ਆਪਾਂ ਲਗਾਉਣਾ ਹੈ ਪਨੀਰੀ ਨੂੰ ਉਹ ਬਹੁਤ ਹੀ ਘੱਟ ਲਗਾਉਣਾ ਜਿੰਨੀ ਜ਼ਰੂਰਤ ਹੋਣਾ ਲਗਾਉਣਾ ਇੱਕ ਸਲਾਬੇ ਦੇ ਨਾਲ ਹੀ ਇਹ ਪਨੀਰੀ ਪਲ ਜਾਂਦੀ ਆ ਜਿਆਦਾ ਪਾਣੀ ਦੇ ਨਾਲ ਇਹਦੇ ਵਿੱਚ ਜਿਆਦਾ ਬਿਮਾਰੀਆਂ ਫੰਗਸ ਦਾ ਅਟੈਕ ਤੇ ਹੋਰ ਜਰਮੀਨੇਸ਼ਨ ਦੇ ਵਿੱਚ ਪ੍ਰੋਬਲਮ ਇਹ ਸਭ ਕੁਝ ਹੋ ਜਾਂਦਾ ਆ ਹਾੜੀ ਦੇ ਪਿਆਜ਼ ਦੀ ਪਨੀਰੀ ਬੀਜਣ ਦਾ ਸਹੀ ਸਮਾਂ ਨਵੰਬਰ ਦਾ ਪਹਿਲਾ ਹਫਤਾ ਦੂਸਰਾ ਹਫਤਾ ਤੇ ਪਨੀਰੀ ਪੁੱਟ ਕੇ ਖੇਤ ਦੇ ਵਿੱਚ ਲਗਾਉਣ ਦਾ ਸਹੀ ਸਮਾਂ ਪਹਿਲੀ ਜਨਵਰੀ ਤੋਂ ਲੈ ਕੇ 15-20 ਜਨਵਰੀ ਦਾ ਹੁੰਦਾ ਇਸ ਤੋਂ ਪਹਿਲਾਂ ਤੇ ਬਾਅਦ ਦੇ ਵਿੱਚ ਲਗਾਈ ਹੋਈ ਪਨੀਰੀ ਦਾ ਜਿਹੜਾ ਝਾੜ ਆ ਜਾਂ ਉਹਦੀ ਕੁਆਲਿਟੀ ਆ ਉਹਦੇ ਤੇ ਬਹੁਤ ਮਾੜਾ ਅਸਰ ਪੈਂਦਾ ਇਹ ਪਨੀਰੀ ਦਾ ਆਪਾਂ ਬੈਡਾਂ ਦੇ ਉੱਪਰ ਛੱਟਾ ਦੇਣ ਤੋਂ ਬਾਅਦ ਇਸ ਦੇ ਉੱਪਰ ਗਲੀ ਸੜੀ ਰੂੜੀ ਬਰੀਕ ਕੀਤੀ ਹੋਈ ਖਾਦ ਵੀ ਬਖੇਰੀ ਸੀ ਰਸ ਦੇ ਨਾਲ ਨਾਲ ਬਰੀਕ ਸਵਾ ਉਹਦਾ ਵੀ ਛੱਟਾ ਦਿੱਤਾ ਹੋਇਆ ਜਿਹੜੀ ਸਵਾ ਆ ਉਹ ਪਨੀਰੀ ਦੇ ਜਰਮੀਨੇਸ਼ਨ ਦੇ ਵਿੱਚ ਬਹੁਤ ਇੰਪੋਰਟੈਂਟ ਰੋਲ ਅਦਾ ਕਰਦੀ ਆ ਇਸ ਦੇ ਨਾਲ ਇੱਕ ਤਾਂ ਪਨੀਰੀ ਠਕੀ ਜਾਂਦੀ ਆ ਕੋਈ ਕੀੜੇ ਜਾਂ ਕਾੜੇ ਉਹਨੂੰ ਚੁਗਦੇ ਨਹੀਂ ਹੈਗੇ ਭੌਣ ਜਿਹਨੂੰ ਆਪਾਂ ਕਹਿ ਦਿੰਦੇ ਆ ਉਸ ਤੋਂ ਬਾਅਦ ਸੂਰਜ ਦੀ ਗਰਮੀ ਦੇ ਨਾਲ ਸੀਡ ਨੇ ਜਰਮੀਨੇਸ਼ਨ ਦੇ ਵਿੱਚ ਵੀ ਹੈਲਪ ਮਿਲਦੀ ਆ 3rd ਜਿਹੜੇ ਨਦੀਨ ਆ ਉਹ ਉਗਦੇ ਨਹੀਂ ਇਹਦੇ نیچے ਦੱਬੇ ਜਾਂਦੇ ਆ ਸੀਡ ਉਗ ਜਾਂਦਾ ਨਦੀਨ ਨਹੀਂ ਉਗਦੇ ਸਪ੍ਰਿੰਕਲਰ ਦੇ ਨਾਲ ਸਿੰਚਾਈ ਦੇ ਨਾਲ ਨਦੀਨ ਬਹੁਤ ਘੱਟ ਉਗਦੇ ਆ ਫਲੱਡ ਇਰੀਗੇਸ਼ਨ ਚ ਜਿੰਨੀਆਂ ਵੀ ਪੁਰਾਣੀਆਂ ਤਕਨੀਕਾਂ ਦੇ ਨਾਲ ਆਪਾਂ ਪਨੀਰੀ ਲਗਾਉਂਦੇ ਸੀ ਉਹਦੇ ਵਿੱਚ ਇੱਕ ਤਾਂ ਜਰਮੀਨੇਸ਼ਨ ਨਹੀਂ ਸੀ ਸਹੀ ਹੁੰਦਾ ਔਰ ਉਸ ਤੋਂ ਬਾਅਦ ਨਦੀਨ ਦੀ ਬਹੁਤ ਸਮੱਸਿਆ ਆਉਂਦੀ ਸੀ ਔਰ ਨਦੀਨ ਪੁੱਟਿਆ ਨਹੀਂ ਸੀ ਜਾਂਦਾ ਫਲੱਡ ਇਰੀਗੇਸ਼ਨ ਦੇ ਨਾਲ ਜ਼ਮੀਨ ਸਖਤ ਹੋ ਜਾਂਦੀ ਆ ਇਸ ਤਕਨੀਕ ਦੇ ਨਾਲ ਤਾਂ ਪਨੀਰੀ ਜਦੋਂ ਤਿਆਰ ਹੁੰਦੀ ਆ ਬਹੁਤ ਹੀ ਨਰਮ ਹੁੰਦਾ ਬੈੱਡ ਇਦਾਂ ਹੀ ਸਿੰਪਲ ਤਰੀਕਿਆਂ ਨਾਲ ਹੀ ਇਹ ਪੁੱਟੀ ਜਾਂਦੀ ਆ ਔਰ ਕੋਈ ਜੜ ਨਹੀਂ ਟੁੱਟਦੀ ਪਨੀਰੀ ਦੀ ਔਰ ਵੀਡੀਓ ਲੰਬੀ ਨਾ ਕਰਦੇ ਹੋਏ ਸਾਰਿਆਂ ਵੀਰਾਂ ਦਾ ਧੰਨਵਾਦ ਕਰਦੇ ਆ ਤੇ